ਸਤਿ ਸ਼੍ਰੀ ਅਕਾਲ ਐਮ ਐਚ 1 ਨਿਊਜ਼ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਜੀ ਆਇਆਂ। ਮੈਂ ਹਾਂ ਨਵਨੀਤ ਸਿੰਘ ਵਧਵਾ ਤੇ ਲੈ ਕੇ ਹਾਜ਼ਰ ਆ ਨੇਤਾ ਜੀ ਲਾਈਵ। ਔਰ ਅੱਜ ਨੇਤਾ ਜੀ ਲਾਈਵ 'ਚ ਜੋ ਸ਼ਖਸੀਅਤ ਜੋ ਨੇਤਾ ਜੀ ਸਾਡੇ ਨਾਲ ਮੌਜੂਦ ਨੇ, ਪੰਜਾਬ ਦਾ ਇੱਕ ਅਜਿਹਾ ਹਲਕਾ ਜਿਹੜਾ ਕਿ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ, ਪੰਜਾਬ ਦਾ ਅਜਿਹਾ ਹਲਕਾ ਜਿੱਥੇ ਇੱਕ ਏਅਰਪੋਰਟ ਦੀ ਵੀ ਗੱਲ ਹੋ ਰਹੀ ਹੈ, ਤੁਸੀਂ ਸਮਝ ਗਏ ਹੋਗੇ ਆਦਮਪੁਰ ਹਲਕੇ ਦੀ ਅਸੀਂ ਗੱਲ ਕਰ ਰਹੇ ਹਾਂ। ਤੇ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂ ਜੀ ਇਸ ਵੇਲੇ ਸਾਡੇ ਨਾਲ ਨੇਤਾ ਜੀ ਲਾਈਵ 'ਚ ਮੌਜੂਦ ਨੇ। ਟੀਨੂ ਜੀ ਬਹੁਤ ਬਹੁਤ ਜੀ ਆਇਆ ਤੁਹਾਡਾ ਨੇਤਾ ਜੀ ਲਾਈਵ ਦੇ ਵਿੱਚ। ਪਹਿਲਾ ਸਵਾਲ ਤੁਹਾਡੇ ਤੋਂ ਹੈ ਜੀ, ਹਲਕਾ ਕਾਫੀ ਮਹੱਤਵਪੂਰਨ, ਹਲਕੇ ਨੂੰ ਲੈ ਕੇ ਕਾਫੀ ਕੁਝ ਕੰਮ ਹੋ ਰਹੇ ਨੇ, ਕਈ ਵੱਡੀਆਂ ਯੋਜਨਾਵਾਂ ਵੀ ਤੁਹਾਡੇ ਹਲਕੇ 'ਚ ਆ ਰਹੀਆਂ ਨੇ, ਲੇਕਿਨ ਚੋਣਾਂ ਨੇੜੇ ਹੈਗੀਆਂ, ਕੀ ਉਹ ਯੋਜਨਾਵਾਂ ਚੋਣਾਂ ਦੇ ਮੱਦੇਨਜ਼ਰ ਔਰ ਚੋਣਾਂ ਨੂੰ ਲੈ ਕੇ ਤੁਹਾਡੀ ਤੇ ਅਕਾਲੀ ਦਲ ਦੀ ਰਣਨੀਤੀ ਕੀ ਕੁਝ ਹੋਏਗੀ? ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਲਈ। ਦੂਸਰਾ ਇਹ ਹੈ ਕਿ ਇਹ ਬੜਾ ਮਹੱਤਵਪੂਰਨ ਇਲਾਕਾ ਜਿੱਥੇ ਏਅਰਪੋਰਟ ਵੀ ਬਣ ਜਾ ਰਿਹਾ, ਜਿਸ ਤਰ੍ਹਾਂ ਅਸੀਂ ਮੋਹਾਲੀ ਏਅਰਪੋਰਟ ਬਣਾਤਾ ਸਾਡੀ ਸਰਕਾਰ ਦੌਰਾਨ ਹੀ, ਅੰਮ੍ਰਿਤਸਰ ਏਅਰਪੋਰਟ ਬਣਿਆ ਸੀ ਇੰਟਰਨੈਸ਼ਨਲ, ਅਤੇ ਹੁਣ ਆਦਮਪੁਰ ਅਗਲੀ ਵਾਰੀ ਹੈ ਸਾਡੀ। ਅਤੇ ਦੂਜਾ ਇਸ ਗੱਲੋਂ ਵੀ ਇਹ ਮਸ਼ਹੂਰ ਹੈ ਕਿ ਇੱਥੇ ਏਅਰਫੋਰਸ ਦਾ ਏਅਰਬੇਸ ਵੀ ਬਹੁਤ ਵੱਡਾ ਹੈ ਆਦਮਪੁਰ 'ਚ, ਇਸ ਪੱਖੋਂ ਵੀ ਇਹ ਜਾਣਿਆ ਜਾਂਦਾ। ਔਰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਨੀਤੀ ਜਿਹੜੀ ਹੈ ਉਹ ਇਕੱਲੇ ਵਿਕਾਸ ਦੀ ਨੀਤੀ ਹੈ, ਅਤੇ ਪੰਜਾਬ ਸੂਬੇ 'ਚ ਅਮਨ ਸ਼ਾਂਤੀ ਜਿਹੜੀ ਹੈ ਉਹ ਕਾਇਮ ਰੱਖਣਾ, ਭਾਈਚਾਰਕ ਸਾਂਝ ਨੂੰ ਪਹਿਲ ਦੇਣਾ, ਇਹ ਬੜੀ ਵੱਡੀ ਪ੍ਰਾਪਤੀ ਰਹੀ ਹੈ ਮੈਂ ਸਮਝਦਾ। ਦੂਜਾ, ਇਸ ਵੇਲੇ ਦੂਜੀਆਂ ਪਾਰਟੀਆਂ ਦੇ ਕੋਲ ਮੁੱਦਾ ਵੀ ਕੋਈ ਨਹੀਂ, ਕਿਉਂਕਿ ਮੁੱਦੇ ਪਹਿਲਾਂ ਹੋਇਆ ਕਰਦੇ ਸੀ ਵੀ ਬਿਜਲੀ ਨਹੀਂ ਹੈਗੀ ਜੀ, ਪਾਣੀ ਹੈ ਨਹੀਂ ਜੀ, ਸੜਕਾਂ ਖਰਾਬ ਨੇ। ਅੱਜ ਕੋਈ ਵੀ ਗੱਲ ਕਰ ਲਈਏ, ਜੇ ਆਪਾਂ ਪੰਜਾਬ ਵਿੱਚ ਰੋਡ ਨੈੱਟਵਰਕ ਦੀ ਗੱਲ ਕਰ ਲਈਏ ਤਾਂ ਬੈਸਟ ਰੋਡ ਨੈੱਟਵਰਕ ਹੈ ਪੰਜਾਬ ਦਾ, ਸਾਡੇ ਲਾਗਲਿਆਂ ਲਾਗੇ ਵਾਲੇ ਸੂਬਿਆਂ ਨਾਲੋਂ ਬੈਸਟ। ਸਾਡੇ ਕੋਲ ਬਿਜਲੀ ਆ, ਪਾਵਰ ਸਰਪਲਸ ਸੂਬਾ, ਪਹਿਲਾ ਦੇਸ਼ ਦਾ ਸੂਬਾ ਜਿੱਥੇ ਵਾਧੂ ਬਿਜਲੀ ਹੈ, ਜਿੱਥੇ ਕਿਸਾਨ ਨੂੰ ਬਿਜਲੀ ਮੁਫਤ ਦਿੱਤੀ ਜਾਂਦੀ ਹੈ। ਹੈਲੋ ਟੀਨੂ ਜੀ, ਸੁਣ ਪਾ ਰਹੇ ਬੋਲੋ? ਹੈਲੋ, ਅੱਛਾ, ਇਹ ਬਹੁਤ ਪੰਜਾਬ ਮੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਬਹੁਤ ਕੰਮ ਕੀਤਾ ਹੈ ਵਿਕਾਸ ਦਾ, ਚਾਹੇ ਉਹ ਵਿੱਦਿਆ ਦਾ ਮਾਮਲਾ ਹੋਵੇ, ਚਾਹੇ ਉਹ ਸੜਕਾਂ ਦਾ ਮਾਮਲਾ ਹੋਵੇ, ਚਾਹੇ ਬਿਜਲੀ ਦਾ ਮਾਮਲਾ ਹੋਵੇ। ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਜਿਹੜਾ ਆਉਣ ਵਾਲਾ ਇਲੈਕਸ਼ਨ ਆ 2017 ਦਾ, ਉਹ ਵਿਕਾਸ ਦੇ ਮੁੱਦੇ ਤੇ ਜਿਹੜਾ ਕੇਂਦਰਿਤ ਰਹੇਗਾ, ਔਰ ਵਿਕਾਸ ਦੇ ਮੁੱਦੇ ਤੇ ਹੀ ਕੇਂਦਰਿਤ ਰਹਿਣਾ ਚਾਹੀਦਾ ਹੈ। ਠੀਕ ਹੈ, ਤੇ ਅਗਰ ਵਿਕਾਸ ਦੀ ਗੱਲ ਹੋਏਗੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਤੁਸੀਂ ਜ਼ਿਕਰ ਕੀਤਾ ਕਿ ਵਿਕਾਸ ਦੇ ਮੁੱਦੇ ਤੇ ਹੀ ਕੇਂਦਰਿਤ ਰਹੇਗਾ 2014 ਦਾ, ਜਿਹੜਾ 2017 ਦੀ ਚੋਣ ਹੈਗੀ। ਸਵਾਲ ਮੇਰਾ ਹੈ ਕਿ ਆਦਮਪੁਰ ਹਲਕੇ ਦੀ ਜੇਕਰ ਮੈਂ ਗੱਲ ਕਰਾਂ, ਤੁਹਾਡੀ ਜੇਕਰ ਮੈਂ ਗੱਲ ਕਰਾਂ, ਵਿਕਾਸ ਦੇ ਮੁੱਦੇ ਤੇ ਆਦਮਪੁਰ ਹਲਕੇ ਤੇ ਵੀ ਕੰਮ ਹੋਏਗਾ, ਵਿਕਾਸ ਦੇ ਮੁੱਦੇ ਤੇ ਤੁਸੀਂ ਕਹਿ ਰਹੇ ਹੋ ਤੁਸੀਂ ਵੀ ਚੋਣਾਂ ਲੜੋਗੇ, ਉਹੀ ਰਣਨੀਤੀ ਤੁਹਾਡੀ ਵੀ ਹੋਏਗੀ ਔਰ ਅਕਾਲੀ ਦਲ ਦੀ ਵੀ ਹੋਏਗੀ, ਲੇਕਿਨ ਵਿਕਾਸ ਦੇ ਮੁੱਦੇ ਨੂੰ ਲੈ ਕੇ ਆਦਮਪੁਰ ਹਲਕੇ ਨੂੰ ਤੁਸੀਂ ਕਿੱਥੇ ਖੜਾ ਵੇਖ ਰਹੇ ਹੋ? ਵਿਕਾਸ ਦੇ ਮੁੱਦੇ ਤੇ ਮੈਂ ਸਮਝਦਾ ਕਿ ਪਿਛਲੇ 5 ਸਾਲ 'ਚ, ਪੌਣੇ 5 ਸਾਲ 'ਚ ਮੈਂ ਬਹੁਤ ਸਾਰੇ ਕੰਮ ਕਰਾਉਣ ਵਿੱਚ ਸਫਲ ਹੋਇਆਂ, ਕਾਮਯਾਬ ਹੋਇਆਂ। ਇਸ ਇਲਾਕੇ 'ਚ ਗੱਲ ਕਰੀਏ ਕਿ ਪਿਛਲੇ 20 ਸਾਲ ਤੋਂ ਆਦਮਪੁਰ ਸ਼ਹਿਰ 'ਚ ਸੀਵਰੇਜ ਦਾ ਮੁੱਦਾ ਬਹੁਤ ਭਾਰੂ ਹੋਇਆ ਸੀ, ਲੇਕਿਨ ਮੈਂ ਇਸ ਗੱਲੋਂ ਮੈਨੂੰ ਖੁਸ਼ੀ ਹੈ ਸਾਡੀ ਸਰਕਾਰ 'ਚ ਇਸ ਸੀਵਰੇਜ ਦਾ ਕੰਮ ਸ਼ੁਰੂ ਹੋਇਆ। ਅੱਜ 47 ਕਰੋੜ ਦੀ ਲਾਗਤ ਦੇ ਨਾਲ ਆਦਮਪੁਰ ਸ਼ਹਿਰ ਵਿੱਚ ਸੀਵਰੇਜ ਦਾ ਕੰਮ ਚੱਲ ਰਿਹਾ, ਬੜੇ ਜ਼ੋਰਾਂ 'ਤੇ ਚੱਲ ਰਿਹਾ। ਕੁਛ ਦਿਨਾਂ 'ਚ ਹੀ ਉਹਦਾ ਜਿਹੜਾ ਮੇਰਾ ਖਿਆਲ 20-25% ਕੰਮ ਜਿਹੜਾ ਕੰਪਲੀਟ ਹੋ ਜਾਏਗਾ, STP ਦਾ ਕੰਮ ਵੀ ਜਿਹੜਾ ਕੰਪਲੀਟ ਹੋ ਜਾਏਗਾ, ਸ਼ੁਰੂ ਹੋ ਰਿਹਾ। ਇਸੇ ਤਰ੍ਹਾਂ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਸੀ ਬਹੁਤ ਟੁੱਟੀਆਂ ਹੋਈਆਂ ਸੀ ਜਦੋਂ ਮੈਂ MLA ਬਣਿਆ, ਅਤੇ ਅੱਜ ਮੈਂ ਇਹ ਕਹਿ ਸਕਦਾ ਕਿ 80% ਤੋਂ ਜ਼ਿਆਦਾ ਰੂਰਲ ਲਿੰਕ ਰੋਡਸ ਬਿਲਕੁਲ ਬਣ ਕੇ, ਫਸਟ ਕਲਾਸ ਬਣ ਕੇ ਤਿਆਰ ਹੋ ਗਈਆਂ। ਆਦਮਪੁਰ ਸ਼ਹਿਰ 'ਚ ਕੋਈ ਵੀ ਕਾਲਜ ਨਹੀਂ ਸੀ, ਕੋਈ ITI ਪੋਲੀਟੈਕਨੀਕਲ ਨਹੀਂ ਸੀ। ਮੈਂ ਆਪਣੇ ਹਲਕੇ 'ਚ 2 ਸ਼ਹਿਰਾਂ 'ਚ, ਭੋਗਪੁਰ ਅਤੇ ਆਦਮਪੁਰ 'ਚ 2 ITI ਬਿਲਡਿੰਗਾਂ ਬਣਾ ਕੇ ਔਰ ਕਲਾਸਿਸ ਸ਼ੁਰੂ ਹੋ ਗਈਆਂ, ਇਹ ਪਿਛਲੇ 4.5 ਸਾਲ ਵਿੱਚ ਹੋ ਸਕਿਆ। ਇਸੇ ਤਰ੍ਹਾਂ ਹੀ ਸਟੇਡੀਅਮ, ਇੱਕ ਇੰਟਰਨੈਸ਼ਨਲ ਲੈਵਲ ਦਾ ਸਟੇਡੀਅਮ ਬਣਵਾਤਾ ਆਦਮਪੁਰ 'ਚ, ਜਿੱਥੇ ਤੁਸੀਂ ਦੇਖੋਗੇ ਕਿ ਨਵੰਬਰ 'ਚ ਜਿਹੜਾ ਵਰਲਡ ਕੱਪ ਕਬੱਡੀ ਹੈ ਉਹਦਾ ਮੈਚ ਵੀ ਆਦਮਪੁਰ ਵਿੱਚ ਹੋਣ ਜਾ ਰਿਹਾ। ਔਰ ਇਸ ਪੱਖੋਂ ਵੀ ਆਦਮਪੁਰ ਬੜਾ ਮਹੱਤਵਪੂਰਨ ਸ਼ਹਿਰ ਔਰ ਮਹੱਤਵਪੂਰਨ ਅਸੈਂਬਲੀ ਹਲਕਾ ਬਣ ਜਾਏਗਾ। ਇਸੇ ਨਾਲ ਹੀ ਮੈਂ 70% ਪਿੰਡਾਂ ਵਿੱਚ ਅਸੀਂ ਜਿੰਮ ਬਣਾਉਣ ਵਾਸਤੇ, ਨੌਜਵਾਨਾਂ ਵਾਸਤੇ ਪੈਸੇ ਦਿੱਤੇ ਆ, ਕੁਛ ਜਿੰਮ ਤਿਆਰ ਹੋ ਗਏ ਨੇ। ਔਰ ਇਹ ਵੀ ਜ਼ਰੂਰ ਕਹਾਂਗਾ ਕਿ ਬਹੁਤ ਚੰਗੀਆਂ ਗਰਾਊਂਡਸ, ਬੱਚਿਆਂ ਦੀਆਂ ਫੁੱਟਬਾਲ ਗਰਾਊਂਡਸ, ਕ੍ਰਿਕਟ ਗਰਾਊਂਡਸ, ਬੈਸਟ ਗਰਾਊਂਡ ਜਿਹੜੀਆਂ ਹੈ ਉਹ ਜਲੰਧਰ ਹਲਕੇ 'ਚ, ਜਲੰਧਰ ਜ਼ਿਲ੍ਹੇ 'ਚ, ਆਦਮਪੁਰ ਹਲਕੇ 'ਚ ਤੁਹਾਨੂੰ ਪਾਈਆਂ ਜਾਣਗੀਆਂ, ਔਰ ਬੈਸਟ ਟੀਮਾਂ ਜਿਹੜੀਆਂ ਕਬੱਡੀ ਦੀਆਂ ਅਤੇ ਫੁੱਟਬਾਲ। ਸਾਰੇ ਕੰਮਾਂ ਦੀ ਗੱਲ ਕੀਤੀ ਆਦਮਪੁਰ 'ਚ ਕੀ ਕੁਛ ਹੋਏ,
कोई अजिहा काम भी है कि जे तुहानू लगता है कि नहीं हो पाया जो कि होना चाहिए सी, या कोई अजिहा मुद्दा जिन्हू लगता है कि तुहाडी सरकार नू करना चाहिए सी, जो कि शायद लगता है कि एक माइनस पॉइंट हो सकता है जिन्हू करन दी लोड़ सीगी? बहुत अच्छा सवाल पूछा जी। ये अज ही शायद मेरी तुसी इदां मैनू टीवी ते लैके आना सी MH ते, ते अज तक सानू ये एक बड़ा मेरा मैनू परेशान करन वाला सी, मेरे दिल दे बड़ा लागे मुद्दा सी, एक भोगपुर शूगर मिल का मुद्दा। ये मिल साडे पंजाब दी यूनाइटेड पंजाब दी सब तो पुरानी मिल सीगी, 1956 च शुरू होई सी, ते अज भी यह किसान की बहुत सेवा कर रही है भोगपुर शूगर मिल। साडी बड़े लंबे समय तो डिमांड सी भी इत्थे ये मिल जिहड़ी है वड्डी होनी चाहिए, अपग्रेड होनी चाहिए है। पिछे जे संगत दर्शन करने वास्ते माननीय मुख्यमंत्री सरदार प्रकाश सिंह बादल आए सी, ते असी सारयां ने बेनती की, मैं भी बेनती की, खैर मैं तो चंडीगढ़ भी करता रहना, फिर इलाके के लोगों ने उन्होंने बेनती की कि सानू शूगर मिल जिहड़ी बना के दिओ। तो अज की खुशखबरी यह है वधवा साहब कि 102 करोड़ रुपया पंजाब सरकार लगा के इनू अपग्रेड कर जा रही है, और जिहदे नाल लगभग मैं समझदा एरिए दे दुआबे दे सारे ही किसानां नू जिहड़े गन्ना बीजदे आ, जिन्हां नू अपनियां ट्रालियां अपनी फसल जिहड़ी दूर दूर मिलां च लैके जानी पैंदी है और भाव भी पूरा नहीं मिलदा और रस्ते च खतरा भी बहुत हुंदा, पेमेंट भी नहीं मिलदी प्राइवेट मिलां कोलों। सो इह कोऑपरेटिव मिल जिहड़ी आ वड्डी होण जा रही है, अज दी खबर है कि उहदे टेंडर खुल गए आ, देश दी बेस्ट कंपनी आ, उत्तम कंपनी है, उहनां नू काम जिहड़ा अलॉट किया गया आ, ते एक साल विच ये मिल बन के तैयार हो जानी है। ते मैनू अज बहुत खुशी है, अज मौका ही चंगा है कि अज तुसी गल कीती आदमपुर हलके दी, तुसी ए वी दस्सदा कि आदमपुर हलके च की कुछ तुहाडे वल्लों कीता गया, हालांकि की कुछ होर होना सी जिदा जिक्र तुसी करता। एक ब्रेक लई मैं इत्थे रुक रहा, ब्रेक तो बाद आवांगे, फिर गल होएगी पवन कुमार टीनू नाल पंजाब दी सियासत दी, आम आदमी पार्टी जिहड़ी कि नवीं हुण चोणां जा रही है, पंजाब दीआं विधानसभा चोणां जां होर भी जिहड़े छोटे दल आ रहे ने उहनां दे बारे उह की कुछ सोचदे ने, किन्नी कु वड्डी रणनीति उहनां दे लई होएगी और किन्ना कु वड्डा कंपटीशन उहनां तों होएगा। एक ब्रेक तो बाद।